ਆਮ ਆਦਮੀ ਪਾਰਟੀ ਨੇ 2022 ਦੀ ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਦਰਜ ਕਰਾਈ ਹੈ। ਮਾਨਸਾ ਤੋਂ ਸਿੱਧੂ ਮੂਸੇਵਾਲਾ ਦੇ ਵੱਡੀ ਹਾਰ ਦੇਣ ਵਾਲੇ ਸਿੱਧੂ ਮੂਸੇਵਾਲਾ ਨੂੰ ਹਰਾਉਣ ਵਾਲੇ ਡਾਕਟਰ ਵਿਜੇ ਸਿੰਘਲਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਤੁਸੀਂ ਵੱਡੀ ਜਿੱਤ ਦਰਜ ਕੀਤੀ। ਥੈਂਕ ਯੂ ਥੈਂਕ ਯੂ ਧੰਨਵਾਦ ਜੀ। ਬੜੀ ਸੋਸ਼ਲ ਮੀਡੀਆ ਤੇ ਚਰਚਾ ਹੈ ਕਿ ਵਿਜੇ ਸਿੰਘਲਾ ਨੇ ਤਾਂ 58 11 ਦਾ ਬੈਗਅਰ ਪਵਾਤਾ ਨਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਲੜਾਈ ਸੀ ਇੱਕ ਰਾਜਨੀਤਿਕ ਲੜਾਈ ਸੀ ਰਾਜਨੀਤਿਕ ਲੜਾਈ ਲੋਕਾਂ ਦਾ ਫਤਵਾ ਹੈ ਲੋਕਾਂ ਦਾ ਪਿਆਰ ਹੈ ਜੋ ਉਹ ਸਭ ਤੋਂ ਉੱਪਰ ਹੈ ਸੋ ਲੋਕਾਂ ਨੇ ਇੱਕ ਵੱਡਾ ਫਤਵਾ ਦਿੱਤਾ ਹੈ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਉਹਨੂੰ ਮਿਹਨਤ ਇਮਾਨਦਾਰੀ ਤੇ ਸ਼ਿੱਦਤ ਨਾਲ ਨਿਭਾਵਾਂਗੇ ਸਿੱਧੂ ਮੂਸੇਵਾਲੇ ਨੂੰ ਜਦੋਂ ਤੁਸੀਂ ਹਰਾਇਆ ਤਾਂ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਪਹਿਲਵਾਨਾਂ ਦੇ ਵਾਂਗ ਪੱਟਾਂ ਤੇ ਥਾਪੀਆਂ ਮਾਰਦਿਆਂ ਦੀ ਉਹ ਬੜੀ ਵਾਇਰਲ ਹੋ ਰਹੀ ਹੈ ਬੜੀ ਖੁਸ਼ੀ ਤੁਹਾਡੇ ਚਿਹਰੇ ਤੇ ਉਸ ਵੇਲੇ ਵੀ ਸੀ ਅੱਜ ਵੀ ਹੈ ਇਸ ਚਿਹਰੇ ਤੇ ਖੁਸ਼ੀ ਨਹੀਂ ਲਿਆਉਣ ਦੇ ਪਿੱਛੇ ਕਿੰਨੀ ਕੋ ਮਿਹਨਤ ਲੱਗੀ ਸੀਦੂ ਮੂਸੇ ਵਾਲੇ ਨੂੰ ਹਰਾਉਣ ਦੇ ਪਿੱਛੇ ਕਿੰਨੀ ਕੋ ਤਾਕਤ ਤੁਹਾਨੂੰ ਚੁੱਕਣੀ ਪਈ ਕਿਉਂਕਿ ਚਰਚਾ ਹੁੰਦੀ ਹੈ ਸਭ ਨੂੰ ਪਤਾ ਹੈ ਕਿ ਸਿੱਧੂ ਮੂਸੇ ਵਾਲੇ ਦੇ ਬਹੁਤ ਲੋਕ ਫੈਨਸ ਹਨ ਪਿਛਲੇ 27 ਸਾਲਾਂ ਤੋਂ ਮੈਂ ਮਾਨਸਾ ਚ ਰਹਿ ਰਹੇ ਹਾਂ ਔਰ 27 ਸਾਲਾਂ ਤੋਂ ਹੀ ਲੋਕਾਂ 'ਚ ਪਹਿਲੇ ਦਿਨ ਤੋਂ ਵਿਚਰੇ ਆ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਇੱਕ ਡਾਕਟਰ ਹੋਣ ਦੇ ਨਾਤੇ ਕਿਉਂਕਿ ਮੇਰਾ ਉਸ ਤਰ੍ਹਾਂ ਦਾ ਪ੍ਰੋਫੈਸ਼ਨ ਹੈ ਉਸ ਤਰ੍ਹਾਂ ਦਾ ਹੀ ਮੇਰਾ ਐਟੀਟਿਊਡ ਹੈ ਕਿ ਆਪਾਂ ਲੋਕਾਂ 'ਚ ਬਿਚਰੀਏ ਔਰ ਲੋਕਾਂ ਦੀ ਸੇਵਾ ਕਰਨ ਦਾ ਜਿੰਨਾਕ ਮੌਕਾ ਮਿਲਦਾ ਉਹਨੂੰ ਇੱਕ ਆਪਣੇ ਪ੍ਰੋਫੈਸ਼ਨ ਨੂੰ ਵੀ ਉਹ ਪ੍ਰੋਫੈਸ਼ਨ ਨਾ ਸਮਝ ਕੇ ਇੱਕ ਬੜੇ ਉਸ ਤਰੀਕੇ ਨਾਲ ਹੰਬਲ ਤਰੀਕੇ ਨਾਲ ਲੋਕਾਂ 'ਚ ਵਿਚਰੇ ਆ ਇਸ ਲਈ ਬੜੇ ਲੰਬੇ ਸਮੇਂ ਦੀ ਲੋਕਾਂ ਨਾਲ ਜੁੜਨ ਦੀ ਇੱਕ ਮਿਹਨਤ ਹੈ ਔਰ ਜੋ ਅੱਜ ਨਤੀਜਾ ਆਇਆ ਉਹ ਵੀ ਇਸੇ ਕਰਕੇ ਹੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਸਾਡੇ ਜਿੰਨੇ ਵੋਟਰ ਸੀ ਮੰਨ ਲਦਾ ਉਹਨਾਂ ਵਿੱਚੋਂ 30 40% ਤਾਂ ਮੇਰੇ ਵੈਸੇ ਕੋਈ ਪਰਸਨਲ ਮਿੱਤਰ ਨੇ ਕੋਈ ਪਰਸਨਲ ਪੇਸ਼ੈਂਟ ਨੇ ਇਸ ਲਈ ਉਹਨਾਂ ਨਾਲ ਇੱਕ ਰਾਬਤਾ 1 ਟੂ 1 ਤੇ ਇਸ ਲਈ ਮਿਹਨਤ ਤਾਂ ਬੜੀ ਲੰਬੀ ਹੈ ਪਰ ਮਿਹਨਤ ਜਦੋਂ ਲੋਕਾਂ ਦਾ ਪਿਆਰ ਮਿਲਦਾ ਤਾਂ ਉਹ ਕਰਨ ਚ ਤੁਹਾਨੂੰ ਸਵਾਦ ਆਉਂਦਾ ਮਜ਼ਾ ਆਉਂਦਾ ਕਾਂਗਰਸ ਨੇ ਟਿਕਟ ਦਿੱਤੀ ਸਿੱਧੂ ਮੂਸਾ ਵਾਲੇ ਨੂੰ ਤਾਂ ਇੱਕ ਵੱਡੀ ਚੁਣੌਤੀ ਤਾਂ ਤੁਹਾਨੂੰ ਨਜ਼ਰ ਆਈ ਹੋਏਗੀ ਕਿ ਵੱਡੀ ਚੁਣੌਤੀ ਹੈ ਲੋਕ ਲੋਕਾਂ ਦੇ ਵਿੱਚ ਬੜਾ ਹਰਮਨ ਪਿਆਰਾ ਸੀ ਆਪਣੇ ਗਾਣਿਆਂ ਨੂੰ ਲੈ ਕੇ ਕੰਟਰੋਵਰਸੀ ਦੇ ਵਿੱਚ ਵੀ ਰਿਹਾ ਸਿੱਧੂ ਮੂਸੇਵਾਲਾ ਪਰ ਜੇ ਤੁਸੀਂ ਦਰਜ ਕਰਾ ਨੀ ਲੋਕਾਂ ਨੂੰ ਹੋਊਗਾ ਸਾਨੂੰ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਪਤਾ ਸੀ ਕਿ ਲੋਕਾਂ ਦਾ ਜਿਹੜਾ ਫਤਵਾ ਲੋਕਾਂ ਦੇ ਜਿਹੜੇ ਮੁੱਦੇ ਆ ਉਹ ਵੱਡੇ ਨੇ ਲੋਕਾਂ ਦਾ ਜਿਹੜਾ ਪਿਆਰ ਹੈ ਉਹ ਸਭ ਤੋਂ ਵੱਡਾ ਹੈ ਇਸ ਲਈ ਕੋਈ ਕੈਂਡੀਡੇਟ ਕੋਈ ਵੀ ਹੁੰਦਾ ਸਾਨੂੰ ਉਹਦੇ ਨਾਲ ਕੋਈ ਜ਼ਿਆਦਾ ਲੰਮਾ ਚੌੜਾ ਫਰਕ ਨਹੀਂ ਪੈਂਦਾ ਆਪਣੀ ਜਿੱਤ ਦਾ ਕਾਰਨ ਤੇ ਸਿੱਧੂ ਮੂਸੇਵਾਲੇ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ ਤੇ ਕਿਸ ਤੋਂ ਤੁਸੀਂ ਇਸ ਦਾ ਸਿਹਰਾ ਦਿੰਦੇ ਹੋ ਆਪਣੀ ਜਿੱਤ ਇਹ ਲੋਕਾਂ ਦਾ ਪੰਜਾਬ ਦੀ ਆਵਾਮ ਦਾ ਮਾਨਸਾਂ ਦੇ ਸਾਰੇ ਨਾਗਰਿਕਾਂ ਦਾ ਲੋਕਾਂ ਦੇ ਤੇ ਸਿਹਰਾ ਜਾਂਦਾ ਜਿਨ੍ਹਾਂ ਨੇ ਇੱਕ ਇਮਾਨਦਾਰੀ ਨੂੰ ਇੱਕ ਮਿਹਨਤ ਨੂੰ ਇੱਕ ਸਿੱਦਤ ਨੂੰ ਇਹ ਵੋਟ ਪਾਈ ਹੈ ਇੱਕ ਪਾਰਟੀ ਦੀ ਵਿਚਾਰਧਾਰਾ ਨੂੰ ਵੋਟ ਪਾਈ ਹੈ ਇੱਕ ਇਸ ਆਸ ਨਾਲ ਪਾਈ ਹੈ ਕਿ ਪੰਜਾਬ ਵਧੀਆ ਰਸਤੇ ਤੇ ਜਾਊਗਾ ਔਰ ਪੰਜਾਬ ਇੱਕ ਬਦਲਾ ਇੱਕ ਜੋ ਇਨਕਲਾਬ ਪੰਜਾਬ ਚ ਆਇਆ ਉਹ ਲੋਕ ਜੋ ਆਸ ਰੱਖਿਆ ਉਹ ਆਸ ਨੂੰ ਆਪਾਂ ਪੂਰਾ ਕਰਾਂਗੇ ਨੇ ਬਦਲਾਵ ਨੂੰ ਵੋਟ ਪਾਈ ਬਦਲਾਵ ਚਾਹੁੰਦੇ ਨੇ ਲੋਕ ਹੁਣ ਪੰਜਾਬ ਕਿੰਨਾ ਕੁ ਬਦਲੇਗਾ ਕਦੋਂ ਕੁ ਬਦਲਣਾ ਸ਼ੁਰੂ ਹੋ ਜਾਏਗਾ ਕਿੰਨਾ ਕੁ ਸਮਾਂ ਲੱਗੇਗਾ ਬਦਲਣਾ ਸ਼ੁਰੂ ਹੋ ਚੁੱਕਿਆ ਤੁਸੀਂ ਦਿਨਾਂ ਚ ਹੀ ਇਹਦੇ ਨਤੀਜੇ ਦੇਖੋਗੇ ਕਿਹੜੇ ਕਿਹੜੇ ਨਤੀਜਿਆਂ ਦੀ ਸੰਭਾਵਨਾ ਜਤਾਈ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਮਤਲਬ ਕੀਤੇ ਹੀ ਕੱਖ ਨਹੀਂ ਹੈਗਾ ਭਾਵੇਂ ਸਕੂਲਾਂ ਦਾ ਮੁੱਦਾ ਹੋਵੇ ਹਸਪਤਾਲਾਂ ਦਾ ਹੋਵੇ ਭ੍ਰਿਸ਼ਟਾਚਾਰ ਹੋਵੇ ਔਰ ਨਸ਼ਿਆਂ ਦਾ ਮੁੱਦਾ ਹੋਵੇ ਸੀਵਰੇਜ ਦਾ ਮੁੱਦਾ ਹੋਵੇ ਮਤਲਬ ਇੰਨੀਆਂ ਜ਼ਿਆਦਾ ਸਮੱਸਿਆਵਾਂ ਨੇ ਕਿਸੇ ਨੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵਿਧਾਇਕ ਦਲ ਦੀ ਪਹਿਲੀ ਮੀਟਿੰਗ ਹੋਈ ਹੈ ਕੀ ਕੁਝ ਰਿਆਇਕ ਤਾਂ ਭਗਵੰਤ ਮਾਨ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਨੇਤਾ ਚੁਣਿਆ ਗਿਆ ਹੋਰ ਕੀ ਕੁਝ ਰਿਆ ਹਾਂ ਬਿਲਕੁਲ ਸਰਬਸੰਮਤੀ ਨਾਲ ਉਹਨਾਂ ਨੂੰ ਨਿਤਾ ਚੁਣਿਆ ਗਿਆ ਔਰ ਮਾਨ ਸਾਹਿਬ ਨੇ ਦੱਸਿਆ ਕਿ 16 ਤਰੀਕ ਨੂੰ ਖੜਕੜ ਕਲਾਂ ਚ ਸੌਂ ਚੁੱਕੀ ਜਾਊਗੀ ਸੌਂ ਚੁੱਕ ਸਮਾਰੋਹ ਹੋਊਗਾ ਔਰ ਉਹਨਾਂ ਨੇ ਕਿਹਾ ਕਿ ਪੂਰੀ ਇਮਾਨਦਾਰ ਮਿਹਨਤ ਤੇ ਸਿੱਦਤ ਨਾਲ ਆਪਾਂ ਕੰਮ ਕਰਨਾ ਔਰ ਕਿਸੇ ਦੇ ਖਿਲਾਫ ਵੀ ਕੋਈ ਉਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਣੀ ਕਿ ਇਹਨੇ ਵੋਟ ਪਾਈ ਜਾਂ ਨਾ ਪਾਈ ਆਪਾਂ ਸਾਰੇ ਪੰਜਾਬੀਆਂ ਨੇ ਚੁਣਿਆ ਇਹ ਸਮਝ ਕੇ ਸਾਰੇ ਪੰਜਾਬੀਆਂ ਦੇ ਕੰਮ ਕਰਨੇ ਸੇ ਬਹੁਤ ਸਾਰੇ ਨਵੇਂ ਚਿਹਰੇ ਆਏ ਆ ਜਿਨ੍ਹਾਂ ਦੀ ਲੋਕਾਂ ਨੂੰ ਪਛਾਣ ਨਹੀਂ ਸੀ ਬਹੁਤ ਸਾਰੇ ਜਿਹੜੇ ਵਿਧਾਇਕ ਚੁਣੇ ਗਏ ਉਹਨਾਂ ਨੂੰ ਵੀ ਸ਼ਾਇਦ ਇੱਕ ਦੂਜੇ ਦੀ ਪਛਾਣ ਨਹੀਂ ਹੋਏਗੀ ਜਾਣ ਪਛਾਣ ਹੋ ਗਈ ਅੱਜ ਫਿਰ ਮੀਟਿੰਗ ਦੇ ਵਿੱਚ ਬਿਲਕੁਲ ਹੋਈ ਹੈ ਜਾਣ ਪਛਾਣ ਸਾਰੇ ਜਾਣਦੇ ਆ ਉਹਨਾਂ ਦੇ ਸਮੇਂ 'ਚ ਜਿਉਂ-ਜਿਉਂ ਮਿਲਾਂਗੇ ਉਹ ਜਾਣ ਪਛਾਣ ਵਧਦੀ ਜਾਊਗੀ ਔਰ ਵਧੀਆ ਮਾਹੌਲ 'ਚ ਖੁਸ਼ਗਵਾਰ ਮਾਹੌਲ 'ਚ ਮੀਟਿੰਗ ਹੋਈ ਹੈ ਔਰ ਆਉਣ ਵਾਲੇ ਸਮੇਂ 'ਚ ਇਹ ਮਾਹੌਲ ਹੋਰ ਵਧੀਆ ਹੋਊਗਾ ਕਿ ਉਹ ਲੋਕਾਂ ਦੀ ਜੋ ਉਹਨਾਂ ਦੀ ਆਸਾਂ ਨੇ ਉਮੀਦਾਂ ਨੇ ਉਹਨਾਂ ਤੇ ਖਰੇ ਉਤਰਾਂਗੇ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਮੈਂ ਮਾਨਸਾ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਮਾਨਸਾ ਦੇ ਲੋਕ ਮੇਰੇ ਆਪਣੇ ਪਰਿਵਾਰ ਦੀ ਤਰ੍ਹਾਂ ਨੇ ਪ ਕਈ ਵਾਰ ਕਿਹਾ ਗਿਆ ਹੁਣ ਤੁਸੀਂ ਮਾਨਸਾ ਦੇ ਲੋਕਾਂ ਲਈ ਕੀ ਕਰਨ ਜਾ ਰਹੇ ਹੋ ਮਾਨਸਾ ਨੇ ਤੁਹਾਨੂੰ ਚਿਤਾਇਆ ਹੈ ਬੜੇ ਫਰਕ ਦੇ ਨਾਲ ਚਿਤਾਇਆ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਹਨ ਕੁਝ ਹੋਇਆ ਹੀ ਹੈ ਨਹੀਂ ਤੇ ਸਾਰੀਆਂ ਸਮੱਸਿਆਵਾਂ ਨੂੰ ਬੈਠਾਂਗੇ ਲੋਕਾਂ 'ਚ ਜਾਵਾਂਗੇ ਔਰ ਉਹਨਾਂ ਤੋਂ ਵਿਚਾਰ ਲੈ ਕੇ ਸਾਰਿਆਂ ਨੂੰ ਨਾਲ-ਨਾਲ ਲੈ ਕੇ ਹੱਲ ਕਰਾਂਗੇ ਔਰ ਸ਼ੁਰੂ ਕਰ ਵੀ ਦਿੱਤਾ ਹੈ ਦੋ ਤਿੰਨ ਦਿਨਾਂ 'ਚ ਸ਼ੁਰੂ ਹੋਰ ਹੋ ਜੂਗਾ 16 ਤਰੀਕ ਤੋਂ ਬਾਅਦ ਪੂਰੀ ਸ਼ਿੱਦਤ ਨਾਲ ਸਾਰੀਆਂ ਸਮੱਸਿਆਵਾਂ ਨੂੰ ਆਪਾਂ ਹੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਡਾਕਟਰ ਵਿਜੇ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਵੱਡੀ ਹਾਰ ਦਿੱਤੀ ਸਿੱਧੂ ਮੂਸੇਵਾਲਾ ਨੂੰ ਜਦੋਂ ਕਾਂਗਰਸ ਨੇ ਖੜੇ ਕੀਤਾ ਟਿਕਟ ਦਿੱਤੀ ਤਾਂ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਸਨ ਕਿ ਸਿੱਧੂ ਮੂਸੇਵਾਲਾ ਨੂੰ ਵੱਡੀ ਜਿੱਤ حاصل ਹੋਏਗੀ ਪਰ ਸਿੱਧੂ ਮੂਸੇਵਾਲੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆਮ ਆਦਮੀ ਪਾਰਟੀ ਨੂੰ ਇਸ ਵਾਰ 92 ਸੀਟਾਂ ਮਿਲੀਆਂ ਨੇ ਬਹੁਤ ਸਾਰੇ ਨਵੇਂ ਚਿਹਰੇ ਚੁਣ ਕੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਡਾਕਟਰ ਵਿਜੇ ਸਿੰਘਲਾ ਵੀ ਨੇ ਹੁਣ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਣਗੇ ਕਹਿੰਦੇ ਨੇ ਕਿ ਮਾਨਸਾ ਦੇ ਲੋਕਾਂ ਨੇ ਜਿਤਾਇਆ ਹੈ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਪੰਜਾਬ ਦੇ ਲੋਕਾਂ ਦੇ ਲਈ ਅਸੀਂ ਲਗਾਤਾਰ ਕੰਮ ਕਰਾਂਗੇ ਕੈਮਰਾਮੈਨ ਪਰਮਿੰਦਰ ਦੇ ਨਾਲ ਗੰਦੀਪ ਸਿੰਘ ਦਾ ਅਨਮਿਊਟ ਮੋਹਾਲੀ